ਮੈਨੂੰ ਬੜੀ ਪਿਆਰੀ ਕਿਤਾਬ ਮਿਲੀ ਫਿਲਮ ਦੀ, ਮੈਨੂੰ ਲੱਗਾ ਮੇਰੇ ਲਈ ਲਿਖੀ ਗਈ ਹੈ। ਮੈਂ ਥੁੱਕ ਲਾਇਆ ਤੇ ਪਹਿਲਾ ਪੰਨਾ ਪਲਟਿਆ, ਮੈਂ ਫਿਰ ਦੂਜਾ ਪੰਨਾ ਪਲਟਿਆ। ਦੁਰਪੇਟੇ ਮੂੰਹ ਦੇ ਵਿੱਚ ਕੋਈ ਫੋਟੋ ਨਹੀਂ ਸੀ ਤੇ ਫੋਟੋ ਬਿਨਾਂ ਕਿਤਾਬ ਮੈਨੂੰ ਸਮਝ ਨਹੀਂ ਆਉਂਦੀ। ਇਹ ਕਿਤਾਬ ਮੇਰੇ ਲਈ ਨਹੀਂ ਹੈ, ਹਰ ਕਿਤਾਬ ਤੁਹਾਡੇ ਲਈ ਨਹੀਂ ਹੁੰਦੀ। ਮੈਂ ਬੋਰ ਹੋ ਗਿਆ ਇੱਥੇ, ਫਿਰ ਮੈਂ ਦੇਖਿਆ ਟੀਵੀ ਹੈ। ਹਾਂ, ਟੀਵੀ ਮੂਹਰੇ ਮੈਂ ਬਹਿ ਸਕਦਾ ਹਾਂ। ਓ ਮਾਈ ਗੋਡ, ਮੈਨੂੰ ਰਸਾਲਾ ਮਿਲ ਗਿਆ, ਰਸਾਲੇ ਵਿੱਚ ਬਹੁਤ ਸਾਰੀਆਂ ਫੋਟੋਆਂ। ਮੈਂ ਖੁਸ਼ ਹੋ ਗਿਆ। ਬਸ ਇੰਨੇ 'ਚ ਮੈਨੂੰ ਪਤਾ ਲੱਗਿਆ ਕਿ ਲਾਇਬ੍ਰੇਰੀ ਮੇਰੇ ਲਈ ਨਹੀਂ ਬਣੀ। ਬਸ ਪਾਣੀ ਦਾ ਝਰਨਾ ਦੇਖਿਆ ਨਹੀਂ ਤੇ ਮੈਂ ਫੋਟੋ ਕਰਾਈ, ਮੈਂ ਮੂੰਹ ਕੀਤਾ ਸੱਜੇ, ਫੇਰ ਕੀਤਾ ਖੱਬੇ। ਆਹ ਇੱਕ ਵਿਚਿੱਤਰ ਜੀ ਚੀਜ਼ ਮੈਨੂੰ ਦਿਖੀ, ਪੰਜਾਬੀਆਂ ਦੀ ਆਦਤ ਹੁੰਦੀ ਹੈ ਹਰ ਚੀਜ਼ ਨੂੰ ਦੇਖਣਾ। ਟੋਕ ਕਿ ਠੀਕ ਹੈ, ਇਹ ਮਜ਼ਬੂਤ ਹੈ, ਠੀਕ ਹੈ। ਆਹ ਲਿਖਿਆ ਹੋਇਆ ਸੀ ਕਿ ਇੱਥੇ ਕੁਆਇਟ ਰਹਿਣਾ ਹੈ। ਮੈਨੂੰ ਪੜ੍ਹ ਕੇ ਬੜਾ ਹਾਸਾ ਆਇਆ। ਆਹ ਗੋਰਿਆਂ ਨੇ ਕੁਆਇਟ ਤਾਂ ਆਪ ਹੀ ਰਹਿਣਾ, ਬੰਦਾ ਹੀ ਕੋਈ ਨਹੀਂ ਇੱਥੇ। ਮੈਂ ਯਾਰ ਬੜਾ ਮੈਨੂੰ ਕੁਆਇਟ ਲੱਗਾ, ਮੈਂ ਕਿਹਾ ਚੱਲ ਦੋ ਮਿੰਟ ਬਹਿੰਦੇ ਹਾਂ, ਥੋੜ੍ਹੇ ਨਿਆਰਾ ਲੈਂਦੇ ਹਾਂ। ਪਰ ਮੈਂ ਕਿੰਨੇ